ਸਪੋਕਸਮੈਨ ਵੈਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਬਲਟੋਆ ਦੇ ਖਿਲਾਫ਼ ਇੱਕ 37 ਸਾਲ ਪੁਰਾਣੇ ਹੱਤਿਆ ਅਤੇ ਕੁਝ ਹੋਰ ਸੰਗੀਨ ਧਾਰਾਵਾਂ ਦੇ ਕੇਸ ਵਿੱਚ ਤਰਨ ਤਾਰਨ ਦੀ ਅਦਾਲਤ ਵੱਲੋਂ ਦੋਸ਼ ਆਇਦ ਕਰ ਦਿੱਤੇ ਗਏ ਹਨ। ਇਹ ਮਾਮਲਾ ਸਾਲ 1983 ਦਾ ਹੈ। ਡਾਕਟਰ ਸੁਦਰਸ਼ਨ ਕੁਮਾਰ ਨਾਮ ਦੇ ਜੋ ਇੱਕ ਡਾਕਟਰ ਸੀਗੇ, ਸੁਦਰਸ਼ਨ ਕੁਮਾਰ ਤ੍ਰੇਨ, ਉਹਨਾਂ ਦੇ ਕਲੀਨਿਕ ਵਿੱਚ ਹੀ 1983 'ਚ ਅਣਪਛਾਤੇ ਲੋਕਾਂ ਨੇ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਮਾਮਲਾ ਉਦੋਂ ਤੋਂ ਹੀ ਜਿਹੜਾ ਹੈਗਾ ਚਰਚਾ 'ਚ ਰਿਹਾ। ਇਸ ਮਾਮਲੇ 'ਚ ਨਾਮ ਆਇਆ ਸੀਗਾ ਬਲਟੋਆ ਸਾਹਿਬ ਦਾ ਅਤੇ ਇਸ ਦੇ ਨਾਲ ਹੀ ਦੋ ਹੋਰ ਲੋਕਾਂ ਦਾ ਵੀ। ਇਸ ਕੇਸ ਦੀਆਂ ਕੁਝ ਹੋਰ ਜੋ ਵੇਰਵੇ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਸ ਕੇਸ 'ਚ 4 ਜਨਵਰੀ 1985 ਨੂੰ ਬਲਟੋਆ ਨੂੰ ਜਿਹੜਾ ਹੈਗਾ ਅਦਾਲਤ ਨੇ ਬਲਟੋਆ ਨੂੰ ਇਸ ਕੇਸ 'ਚ ਪ੍ਰੋਕਲੇਮਡ ਓਫੈਂਡਰ ਕਰਾਰ ਦੇ ਦਿੱਤਾ ਗਿਆ ਸੀ ਅਤੇ ਦੂਜੇ ਜਿਹੜੇ ਮੁਲਜ਼ਮ ਸੀਗੇ ਉਹਨਾਂ ਨੂੰ 1990 'ਚ ਉਹ ਬਰੀ ਹੋ ਗਏ ਸੀ। ਪਰ ਬਲਟੋਆ ਦੇ ਖਿਲਾਫ਼ ਕਿਉਂਕਿ ਕੇਸ ਹੀ ਨਹੀਂ ਚਲਾਇਆ ਗਿਆ ਸੀ, ਇਸ ਕਰਕੇ ਉਹਨਾਂ ਨੂੰ ਸਜ਼ਾ ਸੁਣਾਉਣ ਦਾ ਜਾਂ ਉਹਨਾਂ ਨੂੰ ਬਰੀ ਕਰਨ ਦਾ ਕੋਈ ਤੁੱਕ ਹੀ ਨਹੀਂ ਬਣਦਾ। ਇਸ ਕੇਸ ਦੇ ਹੋਰ ਜੋ ਵੇਰਵੇ ਸਾਡੇ ਕੋਲ ਪੁੱਜੇ ਨੇ, ਤਰਨ ਤਾਰਨ ਅਦਾਲਤ ਦਾ ਜੋ ਫੈਸਲਾ ਹੈ ਜਿਸ 'ਚ ਚਾਰਜ ਫਰੇਮ ਕਰਨ ਦੀ ਗੱਲ ਕਹੀ ਗਈ ਹੈ ਅਤੇ ਵਿਟਨੈਸ ਨੂੰ ਜਿਹੜਾ ਹੈਗਾ ਪ੍ਰਾਈਮ ਵਿਟਨੈਸ ਨੂੰ ਸਾਹਮਣੇ ਕਰਨ ਦੀ ਗੱਲ ਕੀਤੀ ਗਈ ਹੈ ਅਤੇ 14 ਫਰਵਰੀ 2020 ਜਿਹੜੀ ਅਗਲੀ ਤਰੀਕ ਪਾਈ ਗਈ ਹੈ ਉਹ ਅਸੀਂ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ। ਜੋ ਆਰਡਰ ਹੈ ਤਰਨ ਤਾਰਨ ਦੀ ਅਦਾਲਤ ਦਾ 17 ਜਨਵਰੀ ਇਸੇ ਮਹੀਨੇ ਦਾ, ਅਤੇ ਇਸ ਕੇਸ ਦੇ ਵਿੱਚ ਜੋ ਹੁਣ ਤੱਕ ਦੀਆਂ ਹੋਰ ਵੇਰਵੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਿੰਦੇ ਹਾਂ ਕਿ 30 ਅਕਤੂਬਰ 1983 ਦਾ ਵਾਕਿਆ ਹੈ ਜਦੋਂ ਡਾਕਟਰ ਤ੍ਰੇਨ ਨੂੰ ਪੱਟੀ 'ਚ ਉਹਨਾਂ ਦੇ ਕਲੀਨਿਕ 'ਚ ਗੋਲੀਆਂ ਮਾਰੀਆਂ ਸੀ। 3 ਅਣਪਛਾਤੇ ਜਿਹੜੇ ਅਨਆਡੈਂਟੀਫਾਈਡ ਲੋਕਾਂ ਦੇ ਖਿਲਾਫ਼, ਹਮਲਾਵਾਰਾਂ ਦੇ ਖਿਲਾਫ਼ ਜਿਹੜਾ ਇਹ ਮੁਕੱਦਮਾ ਦਰਜ ਹੋਇਆ ਸੀ। ਪਰ 23 ਮਈ 1984 ਨੂੰ ਦੋਸ਼ੀਆਂ ਦਾ ਪਤਾ ਨਾ ਲੱਗਣ ਕਰਕੇ ਆਦਮ ਪਤਾ ਰਿਪੋਰਟ ਅਦਾਲਤ 'ਚ ਦੇ ਦਿੱਤੀ ਗਈ ਸੀ। ਪਰ ਬਾਅਦ 'ਚ ਬਲਦੇਵ ਸਿੰਘ, ਹਰਦੇਵ ਸਿੰਘ ਵਾਸੀ ਭੂਰਾ ਕੋਹਨਾ ਅਤੇ ਵਿਰਸਾ ਸਿੰਘ ਬਲਟੋਆ ਨੂੰ ਇਸ ਕੇਸ 'ਚ ਨਾਮਜ਼ਦ ਕੀਤਾ ਗਿਆ ਸੀ। ਬਲਦੇਵ ਸਿੰਘ, ਹਰਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਦੋਂ ਕਿ ਵਿਰਸਾ ਸਿੰਘ ਬਲਟੋਆ ਨੂੰ 4 ਜਨਵਰੀ 1985 ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਬਾਅਦ 'ਚ ਬਲਦੇਵ ਸਿੰਘ ਅਤੇ ਹਰਦੇਵ ਸਿੰਘ ਨੂੰ 1990 'ਚ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ। ਪਰ ਬਲਟੋਆ ਖਿਲਾਫ਼ ਕੇਸ ਨਹੀਂ ਚਲਾਇਆ ਗਿਆ ਸੀ। ਸਾਲ 2019 'ਚ ਜਸਟਿਸ ਅਜੀਤ ਸਿੰਘ ਬੈਂਸ, ਜੋ ਕਿ ਸਾਬਕਾ ਜੱਜ ਨੇ, ਉਹ ਇੱਕ ਉਹਨਾਂ ਦੀ ਐਨ ਜੀ ਓ ਹੈ ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਇਹਦੀ ਸ਼ਿਕਾਇਤ 'ਤੇ ਆਈ ਜੀ ਬਾਰਡਰ ਜ਼ੋਨ ਵੱਲੋਂ ਇਹ ਕੇਸ ਦੀ ਪੜਤਾਲ ਡੀ ਐਸ ਪੀ ਜਸਵੰਤ ਕੌਰ 'ਤੇ ਅਧਾਰਤ ਟੀਮ ਤੋਂ ਕਰਵਾਈ ਗਈ ਅਤੇ ਅਧਾਰਤ ਇਸ ਟੀਮ ਨੇ ਜਿਹੜਾ ਹੈਗਾ ਆਪਣੀ ਤਫਤੀਸ਼ ਦੇ ਵਿੱਚ ਪਾਇਆ ਕਿ ਬਲਟੋਆ ਖਿਲਾਫ਼ ਕਦੇ ਵੀ ਚਲਾਨ ਅਦਾਲਤ 'ਚ ਨਹੀਂ ਦਿੱਤਾ ਗਿਆ। ਸਾਲ 2019 'ਚ ਬਲਟੋਆ ਖਿਲਾਫ਼ ਚਲਾਨ ਅਦਾਲਤ 'ਚ ਦਿੱਤਾ ਗਿਆ। ਹੁਣ ਇਸ ਕੇਸ ਵੱਲੋਂ ਕੇਸ 'ਚ ਬਲਟੋਆ ਖਿਲਾਫ਼ ਇਹ ਦੋਸ਼ ਆਇਦ ਕੀਤੇ ਗਏ ਨੇ। ਇਹ ਵੀ ਇਸ 'ਚ ਇੱਕ ਅਡੀਸ਼ਨਲ ਜਾਣਕਾਰੀ ਹੈ ਕਿ ਕੇਸ ਬਹੁਤ ਪੁਰਾਣਾ ਹੈ। ਇਸ ਮਾਮਲੇ 'ਚ ਬਹੁਤ ਸਾਰੇ ਦੋਸ਼ੀ, ਬਹੁਤ ਸਾਰੇ ਆਈ ਓ ਇਸ ਕੇਸ 'ਤੇ ਸੀਗੇ, ਉਹਨਾਂ ਦੀ ਮੌਤ ਹੋ ਚੁੱਕੀ ਹੈ, ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ। ਸੰਭਵ ਤੌਰ ਦੇ ਉੱਤੇ ਇਸ ਦਾ ਫਾਇਦਾ ਜਿਹੜਾ ਹੈਗਾ ਕਥਿਤ ਮੁਲਜ਼ਮ ਜੋ ਕਿ ਵਿਰਸਾ ਸਿੰਘ ਬਲਟੋਆ ਨੇ, ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ। ਪਰ ਹਾਲ ਦੀ ਘੜੀ ਜੋ ਖਬਰ ਹੈ, ਖਬਰ ਸਿੱਧੀ ਇੱਕ ਹਰਫੀ ਹੈ ਕਿ ਬਲਟੋਆ ਨੂੰ ਸੁਦਰਸ਼ਨ ਕੁਮਾਰ ਤ੍ਰੇਨ ਹੱਤਿਆ ਡਾਕਟਰ ਦੇ ਕੇਸ ਦੇ ਵਿੱਚ ਚਾਰਜ ਜਿਹੜੇ ਨੇ ਫਰੇਮ ਕਰ ਦਿੱਤੇ ਗਏ ਨੇ ਅਦਾਲਤ ਦੇ ਵਿੱਚ। ਤਰਨ ਤਾਰਨ ਦੀ ਅਦਾਲਤ ਦਾ ਫੈਸਲਾ ਤੁਸੀਂ ਨਾਲ ਨਾਲ ਚੱਲਦਾ ਵੇਖ ਰਹੇ ਹੋ। ਸੋ ਇਹ ਹੁਣ ਤੱਕ ਦੀ ਬਹੁਤ ਵੱਡੀ ਖਬਰ ਹੈ। ਕਮਾਲ ਦੀ ਗੱਲ ਹੈ ਕਿ ਉਸ ਤੋਂ ਬਾਅਦ ਬਲਟੋਆ ਸਾਹਿਬ 2 ਵਾਰ ਸ਼ਾਇਦ ਅਕਾਲੀ ਦਲ ਦੇ ਵਿਧਾਇਕ ਵੀ ਬਣੇ ਨੇ, ਮੁੱਖ ਸੰਸਦੀ ਸਕੱਤਰ ਵੀ ਰਹੇ ਨੇ, ਉਹਨਾਂ ਨੂੰ ਪਾਸਪੋਰਟ ਵੀ ਜਾਰੀ ਕੀਤਾ ਗਿਆ ਹੈ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਨਿੱਕੇ ਮੋਟੇ ਕੇਸ ਵੀ ਆਮ ਜਨ ਸਧਾਰਨ ਦੇ ਉੱਤੇ ਪੈ ਜਾਣ ਤਾਂ ਉਹਨਾਂ ਨੂੰ ਪਾਸਪੋਰਟ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨਾਂ ਨੂੰ ਵੈਸੇ ਹੀ ਜਿਹੜੀ ਕਲੀਅਰੈਂਸ ਮਾੜੇ ਮੋਟੇ ਕੰਮਾਂ ਵਾਸਤੇ ਵੀ ਨਹੀਂ ਮਿਲਦੀ। ਇਹ ਸਾਰੇ ਸਵਾਲ ਜਿਹੜੇ ਨੇ ਇਹ ਖੜ੍ਹੇ ਹੁੰਦੇ ਨੇ। ਇਹ ਇਸ ਕੇਸ ਦੇ ਜਿਹੜੇ ਨੇ ਇਹ ਸੈਕੰਡਰੀ ਚੀਜ਼ਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ ਕਿ ਕਿਸ ਤਰ੍ਹਾਂ ਇੱਕ ਕਤਲ ਕੇਸ ਦੇ ਵਿੱਚ, ਹੱਤਿਆ ਕੇਸ ਦੇ ਵਿੱਚ ਦੋ ਤਿੰਨ ਧਾਰਾਵਾਂ ਨੇ। ਮੈਂ ਧਾਰਾਵਾਂ ਦੱਸ ਦਿੰਦਾ ਕਿ ਜਿਸ 'ਚ ਕਿਹਾ ਗਿਆ, ਜਿਸ 'ਚ ਇਹ ਹੁਣ ਦੋਸ਼ ਜਿਹੜੇ ਨੇ ਆਇਦ ਕੀਤੇ ਗਏ ਨੇ, ਇਹਨਾਂ 'ਚ ਸਭ ਤੋਂ ਮੁੱਖ ਤਾਂ ਹੱਤਿਆ ਹੀ ਹੈ, ਦੂਜਾ ਜਬਰੀ ਦਾਖਲ ਅਤੇ ਤੀਜਾ ਗੈਰ ਕਾਨੂੰਨੀ ਸਾਂਝ। ਇਹ 3 ਧਾਰਾਵਾਂ ਜਿਹੜੀਆਂ ਨੇ ਤੁਸੀਂ ਆਰਡਰ ਦੇ ਵਿੱਚ ਵੇਖ ਵੀ ਰਹੇ ਹੋ, ਲਿਖੀਆਂ ਹੋਈਆਂ 302 ਅਤੇ ਬਾਕੀ ਧਾਰਾਵਾਂ। ਤਾਂ ਇਹ ਇੰਨਾ ਗੰਭੀਰ ਮਾਮਲਾ ਹੋਣ ਦੇ ਬਾਵਜੂਦ ਵੀ ਉਹ ਸ਼ਖਸ, ਭਾਵੇਂ ਕਿ ਉਹ ਸਤਿਕਾਰਯੋਗ ਸਦਨ ਦੇ ਮੈਂਬਰ ਰਹੇ ਨੇ, ਬਾਅਦ 'ਚ ਮੁੱਖ ਸੰਸਦੀ ਸਕੱਤਰ ਰਹੇ ਨੇ, 2 ਸਰਕਾਰਾਂ ਦੇ ਵਿੱਚ ਅਹਿਮ ਹਿੱਸਾ ਰਹੇ ਨੇ ਉਹ, ਅਤੇ ਇੱਕ ਜਾਣੇ ਮਾਣੇ ਨੇਤਾ ਨੇ ਉਹ ਇੱਕ ਵੱਡੀ ਪਾਰਟੀ ਦੇ, ਪਰ ਉਹਨਾਂ ਦੇ ਖਿਲਾਫ਼ ਇਹ ਕੇਸ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪਾਸਪੋਰਟ ਵੀ ਕਲੀਅਰੈਂਸ ਮਿਲ ਗਈ, ਉਹ ਬਕਾਇਦਾ ਤੌਰ ਦੇ ਉੱਤੇ ਸਦਨ ਦੇ ਵਿੱਚ ਵੀ ਬਹਿੰਦੇ ਰਹੇ ਨੇ, ਉਹਨਾਂ ਨੂੰ ਹੁਣ ਪੈਨਸ਼ਨ ਲਾਭ ਵੀ ਮਿਲਦੇ ਨੇ।
ਆਪਾਂ ਦੁਬਾਰਾ ਕਹਿ ਰਹੇ ਹਾਂ ਕਿ ਇਹ ਸੈਕੰਡਰੀ ਪੱਖ ਹੈ ਇਸ ਕੇਸ ਦਾ, ਜੋ ਕਿ ਧਿਆਨ ਮੰਗਦਾ, ਧਿਆਨ ਇਸ ਲਈ ਮੰਗਦਾ ਕਿ ਜਦੋਂ ਵੀ ਕੋਈ ਆਮ ਜਨ ਸਧਾਰਨ ਪੁਲਿਸ ਦੇ ਕਿਸੇ ਸ਼ੱਕ ਦੇ ਦਾਇਰੇ 'ਚ ਆਉਂਦਾ ਹੈ, ਪੁਲਿਸ ਦੇ ਕਿਸੇ ਕੇਸ ਦਾ ਹਿੱਸਾ ਬਣਦਾ, ਕਿਸੇ ਐੱਫ ਆਈ ਆਰ 'ਚ ਨਾਮਜ਼ਦ ਹੁੰਦਾ ਹੈ, ਜਾਂ ਅਦਾਲਤ ਵੱਲੋਂ ਜਿਸ ਤਰ੍ਹਾਂ ਇਸ ਕੇਸ ਵਿੱਚ ਅਦਾਲਤ ਨੂੰ ਜਿਹੜਾ ਹੈਗਾ ਕਾਰਵਾਈ ਕਰਨੀ ਪਈ ਹੈ, ਆਦਮ ਪਤਾ ਰਿਪੋਰਟ ਪਹਿਲਾਂ ਆਈ ਸੀ, ਤਾਂ ਉਸ ਤੋਂ ਬਾਅਦ ਜਿਹੜਾ ਆਮ ਬੰਦਾ ਜਿਹੜਾ ਹੈਗਾ ਉਹਦੇ ਉੱਤੇ ਬਹੁਤ ਸਾਰੀਆਂ ਬੰਦਿਸ਼ਾਂ ਲੱਗ ਜਾਂਦੀਆਂ ਨੇ, ਉਸ ਨੂੰ ਬਹੁਤ ਸਾਰੀ ਜਿਹੜੀਆਂ ਨੇ ਰੋਕਾਂ ਤੋਂ ਨਿਕਲਣਾ ਪੈਂਦਾ ਹੈ, ਅਤੇ ਕਈ ਵਾਰ ਤਾਂ ਪੂਰੀ ਦੀ ਪੂਰੀ ਉਹਦੀ ਉਮਰ ਜਿਹੜੀ ਹੈ ਇਹਨਾਂ ਬੰਦਿਸ਼ਾਂ ਦੇ ਅੰਦਰ ਹੀ ਨਿਕਲ ਜਾਂਦੀ ਹੈ, ਬੰਦਾ ਬਰੀ ਵੀ ਹੋ ਜਾਂਦਾ ਹੈ ਤਾਂ ਵੀ ਮੁੜ ਕੇ ਉਹਨੂੰ 10 ਨੰਬਰ ਹੀ ਆਈ ਪਿੰਡਾਂ 'ਚ ਸੱਦੇ ਰਹਿੰਦੇ ਨੇ। ਖੈਰ ਆਪਾਂ ਗੱਲ ਮੁਕਾਨੇ ਹਾਂ ਕਿ ਇਸ ਕੇਸ ਦਾ ਤੱਥਸਾਰ ਇਹ ਹੈ ਕਿ ਵਲਟੋਆ ਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਦੋਸ਼ ਆਇਦ ਕਰ ਦਿੱਤੇ ਗਏ ਨੇ, ਹੁਣ ਕੇਸ ਚੱਲੇਗਾ। ਦੋ ਜਿਹੜੇ ਪਹਿਲੇ ਸਹਿ ਮੁਲਜ਼ਮ ਸੀਗੇ ਇਸ ਕੇਸ ਦੇ ਉਹ ਬਰੀ ਹੋ ਚੁੱਕੇ ਨੇ, ਬਹੁਤ ਸਾਰੇ ਗਵਾਹ ਅਤੇ ਬਹੁਤ ਸਾਰੇ ਤਫਤੀਸ਼ੀ ਅਫਸਰ ਜਿਹੜੇ ਨੇ ਉਹ ਵੀ ਇਸ ਦੁਨੀਆ ਤੋਂ ਜਾ ਚੁੱਕੇ ਨੇ। ਖੈਰ ਇਸ ਕੇਸ ਦਾ ਅੱਗੇ ਜਾ ਕੇ ਬਣਦਾ ਕੀ ਹੈ ਕੀ ਨਹੀਂ ਬਣਦਾ ਉਹ ਕੇਸ ਦਾ ਜਿਹੜਾ ਹੈਗਾ ਅੰਤ ਦੱਸੇਗਾ, ਜਾਂ ਜੱਜ ਨੇ ਜਿਹੜਾ ਹੈਗਾ ਇਸ ਕੇਸ 'ਚ ਕੀ ਫੈਸਲਾ ਸੁਣਾਉਣਾ, ਜਾਂ ਉਸ ਤੋਂ ਅੱਗੇ ਅਗਲੀਆਂ ਅਦਾਲਤਾਂ 'ਚ ਕੇਸ ਕਿਸ ਤਰ੍ਹਾਂ ਜਾਣਾ। ਪਰ ਹੁਣ ਤੱਕ ਜਿਹੜੀ ਖਬਰ ਹੈ 17 ਜਨਵਰੀ 2020 ਦਾ ਜਿਹੜਾ ਆਰਡਰ ਹੈ ਜਿਹੜਾ ਅਸੀਂ ਦਿਖਾ ਰਹੇ ਹਾਂ ਨਾਲ ਨਾਲ, ਉਹਦੇ ਮੁਤਾਬਕ ਵਲਟੋਆ ਦੇ ਖਿਲਾਫ ਹੱਤਿਆ ਅਤੇ ਜਬਰੀ ਦਾਖਲ ਅਤੇ ਇੱਕ ਹੋਰ ਜੋ ਤੀਜੀ ਧਾਰਾ ਹੈ ਸਾਂਝ ਵਾਲੀ ਜਿਹੜੀ ਧਾਰਾ ਹੈ ਉਹਦੇ ਤਹਿਤ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਦੋਸ਼ ਆਇਦ ਕਰ ਦਿੱਤੇ ਗਏ ਹਨ। ਧੰਨਵਾਦ ਬਹੁਤ।